ਸਤਿ ਸ੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਸਵਾਗਤ ਕੀਤਾ ਜਾਂਦਾ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਬਰਿੰਦਰ ਐਜੂਕੇਸ਼ਨ ਦੇ ਵਿੱਚ ਅੱਜ ਅਸੀਂ ਪ੍ਰੀਵੀਅਸ ਇਅਰ ਲੈਕਚਰਾਂ ਦੀਆਂ ਪੋਸਟਾਂ ਲਈ ਆਏ ਪੇਪਰ ਫਸਟ ਐਪਟੀਟਿਊਡ ਟੈਸਟ ਦੇ ਟੀਚਿੰਗ ਵਾਲੇ ਭਾਗ ਨੂੰ ਸੋਲਵ ਕਰਾਂਗੇ ਇਸ ਤੋਂ ਪਹਿਲਾਂ ਅਸੀਂ ਇੰਗਲਿਸ਼ ਤੇ ਪੰਜਾਬੀ ਦੇ ਜੋ ਪ੍ਰੀਵੀਅਸ ਇਅਰ ਦੇ ਪ੍ਰਸ਼ਨ ਸਨ ਉਹਨਾਂ ਨੂੰ ਹੱਲ ਕੀਤਾ ਸੀ ਤੇ ਵੀਡੀਓ ਸਾਡੇ ਚੈਨਲ ਦੇ ਉੱਤੇ ਅਪਲੋਡ ਹੈ ਤੁਸੀਂ ਦੇਖ ਸਕਦੇ ਹੋ ਆਸੀ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਹੈ ਸਾਡੇ ਕੋਲ ਇਸ ਤੇ ਵਿੱਚ ਕੈਲੀਅਨ ਕੈਲੀ ਨੇ ਸਪਸ਼ਟਿਕਨ ਕੀਤਾ ਹੈ ਕਿ ਅਧਿयन ਵਿਧੀ ਦੇ ਸ਼ਬਦਾਂ ਵਿੱਚ ਇੱਕ ਨਿਰੰਤਰ ਅਤੇ ਸਿਲਸਿਲੇਵਾਰ ਅਧਿयन ਵਿੱਚ ਡੈਸ਼ ਸ਼ਾਮਿਲ ਹੁੰਦਾ ਹੈ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਜਵਾਬ ਹੈ ਉਹ ਹੈ অপਸ਼ਨ ਡੀ ਉਪਰੋਕਤ ਸਾਰੇ ਕੈਲੀਅਨ ਕੈਲੀ ਦੇ ਅਨੁਸਾਰ ਇੱਕ ਨਿਰੰਤਰ ਅਤੇ ਸਿਲਸਿਲੇਵਾਰ ਅਧਿयन ਦੇ ਵਿੱਚ ਪਾਠਕ੍ਰਮ ਅਤੇ ਵਿਸ਼ਾ ਗਿਆਨ ਸਕੂਲ ਦੇ ਸਾਰੇ ਮੁੱਦੇ ਬੱਚਿਆਂ ਦੇ ਸਿੱਖਣ ਵਿੱਚ ਰੁਕਾਵਟਾਂ ਅਤੇ ਸੱਭਿਆਚਾਰਕ ਗਿਆਨ ਸ਼ਾਮਿਲ ਹੁੰਦਾ ਹੈ। ਨੈਕਸਟ ਪ੍ਰਸ਼ਨ ਹੈ ਜਮਾਤ ਵਿੱਚਨੂਪ ਸਮਝਣਯੋਗ ਪ੍ਰਭਾਵਸ਼ਾਲੀ ਗਿਆਨ ਪਹੁੰਚਾਉਣ ਲਈ ਹੀਟ ਦਿੱਤੀਆਂ ਵਿੱਚੋਂ ਕਿਹੜੀ ਵਿਧੀ ਸਭ ਤੋਂ ਵੱਧ ਟੁਕਮੀ ਹੈ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਆਪਸ਼ਨ A ਵਿਚਾਰ ਵਟਾਂਦਰਾ ਵਿਧੀ ਵਿਚਾਰ ਵਟਾਂਦਰਾ ਜੋ ਵਿਧੀ ਹੈ ਇਸ ਨੂੰ ਸਭ ਤੋਂ ਵੱਧ ਟੁਕਵੀਂ ਵਿਧੀ ਮੰਨਿਆ ਗਿਆ ਹੈ। ਨੈਕਸਟ ਪ੍ਰਸ਼ਨ ਹੈ ਯਾਦ ਰੱਖਣ ਦੀ ਯੋਗਤਾ ਦਾ ਅਰਥ ਹੈ। ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ অপਸ਼ਨ A ਸਮਝ ਯਾਦ ਰੱਖਣ ਦੀ ਯੋਗਤਾ ਦਾ ਅਰਥ ਹੈ ਸਮਝ ਕਿਉਂਕਿ ਕੋਈ ਵੀ ਗੱਲ ਅਸੀਂ ਉਦੋਂ ਹੀ ਯਾਦ ਰੱਖ ਸਕਾਂਗੇ ਜੋ ਗੱਲ ਸਾਨੂੰ ਚੰਗੀ ਤਰ੍ਹਾਂ ਸਮਝ ਆਈ ਹੋਵੇਗੀ। ਨੈਕਸਟ ਪ੍ਰਸ਼ਨ ਹੈ ਵਿਦਿਆਰਥੀ ਗਿਆਨ ਦੇ ਅਧਿਆਪਕ ਦੇ ਮੁਲਾਂਕਣ ਨੂੰ ਡੈਸ਼ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ অপਸ਼ਨ ਸੀ ਸਧਾਰਨ ਕੰਮਾਂ ਦੇ ਮੁਲਾਂਕਣ ਤੋਂ ਜਟਿਲ ਪੱਧਰ ਵੱਲ ਜਾਣਾ ਚਾਹੀਦਾ ਹੈ ਮਤਲਬ ਕਿ ਸਧਾਰਨ ਤੋਂ ਮੁਸ਼ਕਿਲ ਕੰਮਾਂ ਦੇ ਵੱਲ ਲੈ ਕੇ ਜਾਣਾ ਚਾਹੀਦਾ ਹੈ ਕਿਉਂਕਿ ਬੱਚਾ ਦਾ ਜੋ ਉਹ ਪਹਿਲਾਂ ਸਧਾਰਨ ਚੀਜ਼ਾਂ ਕਰਨੀ ਸਿੱਖਦਾ ਹੈ ਤੇ ਹੌਲੀ-ਹੌਲੀ ਉਹ ਮੁਸ਼ਕਿਲ ਕੰਮ ਹੈ ਜਿਹੜੀ ਉਹ ਕਰਨੇ ਸਿੱਖਦਾ ਹੈ ਤਾਂ ਸਾਨੂੰ ਜਿਹੜਾ ਹੈਗਾ ਬੱਚੇ ਨੂੰ ਸਿੰਪਲ ਟੂ ਕੰਪਲੈਕਸ ਦੇ ਵੱਲ ਜੋ ਲੈ ਕੇ ਜਾਣਾ ਚਾਹੀਦਾ ਹੈ ਨੈਕਸਟ ਪਰਸ਼ਨ ਹੈ ਵਿਦਿਆਰਥੀ ਦੇ ਕੰਮ ਦੇ ਵਿਸ਼ਾ ਸਮੱਗਰੀ ਦਾ ਫੈਸਲਾ ਜ਼ਰੂਰ ਹੋਣਾ ਚਾਹੀਦਾ ਹੈ ਭਾਵੇਂ ਵਿਦਿਆਰਥੀ ਡੈਸ਼ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਜਵਾਬ ਹੈ ਉਹ ਹੈ অপਸ਼ਨ ਸੀ ਆਪਣੀਆਂ ਤਰਕ ਵਿਸ਼ਲੇਸ਼ਣ ਅਤੇ ਸੰਸਲੇਸ਼ਨ ਦੀ ਨਿਪੁੰਨਤਾਵਾਂ ਦਾ ਵਿਕਾਸ ਕਰ ਰਹੇ ਹਨ

ਪੜਾਉਣ ਦੌਰਾਨ ਪੈਦਾ ਹੋਣ ਵਾਲੀਆਂ ਸੰਭਾਵਿਤ ਮੁਸ਼ਕਲਾਂ ਨੂੰ ਹਟਾਉਣ ਦੇ ਵਿੱਚ ਪਾਠ ਯੋਜਨਾ ਹੈ ਜੋ ਇਹ ਪੜਾਉਣ ਸਮੇਂ ਆਉਣ ਵਾਲੀਆਂ ਸੰਭਾਵਿਤ ਮੁਸ਼ਕਲਾਂ ਨੂੰ ਦੂਰ ਕਰਨ ਦੇ ਵਿੱਚ ਮਦਦ ਕਰਦੀ ਹੈ ਇਸ ਦੇ ਵਿੱਚ ਅਧਿਆਪਕ ਹੈ ਜੋ ਪੜਾਉਣ ਸਮੇਂ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ ਉਹਨਾਂ ਦਾ ਪਹਿਲਾਂ ਹੀ ਜਿਹੜਾਗਾ ਹੱਲ ਕੱਢ ਲੈਂਦਾ ਹੈ ਨੈਕਸਟ ਪ੍ਰਸ਼ਨ ਹੈ ਜਿਆਦਾ ਗਿਣਤੀ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਕਿਹੜੀ ਵਿਧੀ ਸਭ ਤੋਂ ਵੱਧ ਟੁਕਮੀ ਹੋਵੇਗੀ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਜਵਾਬ ਹੈ ਉਹ ਹੈ অপਸ਼ਨ D ਲੈਕਚਰ ਵਿਧੀ ਲੈਕਚਰ ਮੈਥਡ ਹੈ ਜੋ ਇਹ ਜਿਆਦਾ ਗਿਣਤੀ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਲਈ ਸਭ ਤੋਂ ਵੱਧ ਟੁਕਮਾ ਜਿਹੜਾ ਮੈਥਡ ਹੈ ਉਹ ਮੰਨਿਆ ਜਾਂਦਾ ਹੈ ਇਹ ਵਾਲਾ ਜੋ ਮੈਥਡ ਹੈ ਇਹ ਆਮ ਤੌਰ ਤੇ ਕਾਲਜਾਂ ਦੇ ਵਿੱਚ ਅਪਣਾਇਆ ਜਾਂਦਾ ਹੈ ਨੈਕਸਟ ਪ੍ਰਸ਼ਨ ਹੈ ਗਲਤ ਦੀ ਚੋਣ ਕਰੋ ਨਿਬੰਧ ਰੂਪੀ ਟੈਸਟ ਸਹਾਇਤਾ ਕਰਦੇ ਹਨ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ অপਸ਼ਨ ਬੀ ਅਨੁਮਾਨਿਤ ਕੰਮ ਨੂੰ ਵੱਡੇ ਪੱਧਰ ਤੇ ਉਤਸ਼ਾਹਿਤ ਕਰਨ ਲਈ ਨੈਕਸਟ ਪ੍ਰਸ਼ਨ ਹੈ ਕਿਸ ਸਿੱਖਿਆ ਮਾਡਲ ਨੇ ਵਿਦਿਆਰਥੀ ਨੂੰ ਵਿਗਿਆਨਿਕ ਪ੍ਰਕਿਰਿਆ ਵਿੱਚ ਲਿਆਉਂਦਾ ਹੈ ਅਤੇ ਅੰਕੜਿਆਂ ਨੂੰ ਇਕੱਠੇ ਕਰਨ ਵਿਸ਼ਲੇਸ਼ਣ ਕਰਨ ਮਾਨਤਾਵਾਂ ਅਤੇ ਸਿਧਾਂਤਾਂ ਦੀ ਜਾਂਚ ਕਰਨ ਵਿੱਚ ਮਦਦ ਕੀਤੀ ਹੈ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਜਵਾਬ ਹੈ ਉਹ ਹੈ ਆਪਸ਼ਨ ਡੀ ਵਿਗਿਆਨਿਕ ਜਾਂਚ ਨੈਕਸਟ ਪ੍ਰਸ਼ਨ ਹੈ ਦੁਫਤਾ ਅਧਿਆਪਨ ਦੀ ਰਚਨਾ ਵਿਸ਼ੇਸ਼ ਰੂਪ ਵਿੱਚ ਡੈਸ਼ ਦੀ ਸਿਖਲਾਈ ਲਈ ਕੀਤੀ ਗਈ ਸੀ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਆਪਸ਼ਨ ਬੀ ਕੰਪਰੀਹੈਂਸਨ ਨੂੰ ਸੁੰਣਾ ਤੇ ਪੜਨਾ ਦੁਫਤਾ ਦੇ ਆਪਨ ਦੀ ਜਿਹੜੀ ਰਚਨਾ ਸੀ ਉਹ ਕੰਪਰੀਹੈਂਸਨ ਨੂੰ ਸੁਣਨ ਤੇ ਪੜਨ ਦੇ ਲਈ ਕੀਤੀ ਗਈ ਸੀ ਨੈਕਸਟ ਪ੍ਰਸ਼ਨ ਹੈ ਵਿਦਿਆਰਥੀ ਦੇ ਵਿਕਾਸ ਦੇ ਪੱਧਰ ਨੂੰ ਸਮਝਣ ਦੀ ਸਮੱਸਿਆ ਨੂੰ ਕਾਬੂ ਕਰਨ ਲਈ ਕਥਨ ਜ਼ੋਨ ਆਫ ਅਪ੍ਰੋਕਸੀਮਲ ਡਿਵੈਲਪਮੈਂਟ ਦੀ ਖੋਜ ਕਿਸ ਨੇ ਕੀਤੀ ਸੀ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੀ ਆਪਸ਼ਨ ਸੀ ਲੇਵ ਸਮਯੋਨਵਿਕ ਵਿਗੋਸਕੀ ਨੈਕਸਟ ਪ੍ਰਸ਼ਨ ਬਲੂਮ ਟੈਕਸਨੋਮੀ ਅਨੁਸਾਰ ਹੇਠ ਦਿੱਤੇਆਂ ਵਿੱਚੋਂ ਕਿਹੜਾ ਸਹਿਜ ਗਿਆਨ ਦਾ ਸਭ ਤੋਂ ਹੇਠਲਾ ਪੱਧਰ ਹੈ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਆਪਸ਼ਨ A ਮੁਲਾਂਕਣ ਬਲੂਮ ਟੈਕਸਨੋਮੀ ਦੇ ਅਨੁਸਾਰ ਜਿਹੜਾ ਮੁਲਾਂਕਣ ਹੈਗਾ ਉਹ ਸਹਿਜ ਗਿਆਨ ਦਾ ਸਭ ਤੋਂ ਹੇਠਲਾ ਪੱਧਰ ਹੈ ਨੈਕਸਟ ਪ੍ਰਸ਼ਨ ਹੇਠ ਦਿੱਤੇਆਂ ਵਿੱਚੋਂ ਕਿਹੜੀ ਖੋਜ ਤਤਕਾਲੀ ਸਮੱਸਿਆ ਦਾ ਤਤਕਾਲੀ ਹੱਲ ਦਿੰਦੀ ਹੈ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਆਪਸ਼ਨ D ਅਮਲੀ ਖੋਜ ਨੈਕਸਟ ਪ੍ਰਸ਼ਨ ਐਮ ਐਲ ਐਲ ਪਹੁੰਚ ਕੀ ਹੈ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਜਵਾਬ ਹੈ ਉਹ ਹੈ ਆਪਸ਼ਨ ਬੀ ਅਧਿਆਨ ਦਾ ਨਿਊਨਤਮ ਪੱਧਰ ਜਾਨੀ ਕਿ ਮਿਨੀਮਮ ਲੈਵਲ ਆਫ ਲਰਨਿੰਗ ਨੈਕਸਟ ਪ੍ਰਸ਼ਨ ਹੈ ਸਿੱਖਿਆ ਜਿਸ ਵਿੱਚ ਹਰੇਕ ਵਿਅਕਤੀ ਆਪਣੀ ਵਿਸ਼ੇਸ਼ ਮੁਹਾਰਤ ਦਾ ਯੋਗਦਾਨ ਵੰਡਮੀ ਸਿੱਖਿਆ ਵਿੱਚ ਪਾਉਂਦਾ ਹੈ ਅਕਸਰ ਡੈਸ਼ ਕਹਾਉਂਦੀ ਹੈ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ অপਸ਼ਨ ਸੀ ਵਿਭਾਜਿਤ ਸਿੱਖਿਆ ਯਾਨੀ ਕਿ ਡਿਸਟ੍ਰਿਬਿਊਟਿਡ ਲਰਨਿੰਗ ਨੈਕਸਟ ਪ੍ਰਸ਼ਨ ਹੈ ਰਚਨਾਤਮਿਕ અવલોਕਨ ਦੇ ਅਨੁਸਾਰ ਅਧਿਆਪਕ ਦੀ ਕੀ ਭੂਮਿਕਾ ਹੈ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਜਵਾਬ ਹੈ ਉਹ ਹੈ অপਸ਼ਨ ਡੀ ਇੱਕ ਸਹੂਲਤ ਦੇਣ ਵਾਲੇ ਦੀ ਭੂਮਿਕਾ ਨੈਕਸਟ ਪ੍ਰਸ਼ਨ ਹੈ ਅਧਿਆਪਨ ਦੇ ਕਿਸ ਪੱਧਰ ਤੇ ਇੱਕ ਵਿਚਾਰ ਦਾ ਆਲੋਚਨਾਤਮਿਕ ਮੁਲਾਂਕਣ ਕੀਤਾ ਜਾ ਸਕਦਾ ਹੈ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਜਵਾਬ ਹੈ ਉਹ ਹੈ অপਸ਼ਨ ਸੀ ਸਮਿਖਿਆਕ ਪੱਧਰ ਤੇ ਜਾਨਕਿ ਰਿਫਲੈਕਟਿਵ ਲੈਵਲ ਦੇ ਉੱਤੇ ਵਿਚਾਰ ਦਾ ਉਪਲੋਕਨਾਤਮਿਕ ਮੁਲਾਂਕਣ ਹੈ ਜਿਹੜਾ ਉਹ ਕੀਤਾ ਜਾ ਸਕਦਾ ਹੈ ਨੈਕਸਟ ਪ੍ਰਸ਼ਨ ਹੈ ਸਵੈ ਵਿਵਸਥਿਤ ਗਿਆਨ ਵਿੱਚ ਡੈਸ਼ ਦੇ ਤੱਤ ਸ਼ਾਮਿਲ ਹੁੰਦੇ ਹਨ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਜਵਾਬ ਹੈ ਉਹ ਹੈ অপਸ਼ਨ ਡੀ ਉਪਰੋਕਤ ਸਾਰੇ ਜਾਨੀ ਕਿ ਉਪਚਾਰਿਕ ਗਿਆਨ ਅਨੁਪਚਾਰਿਕ ਗਿਆਨ ਤੇ ਪ੍ਰਭਾਵਵਾਦੀ ਗਿਆਨ ਨੈਕਸਟ ਪ੍ਰਸ਼ਨ ਹੈ ਜਮਾਤ ਵਿੱਚ ਵਿਚਾਰ ਵਟਾਂਦਰਾ ਵਧੇਰੇ ਪ੍ਰਭਾਵਸ਼ਾਲੀ ਹੋਵੇਗਾ ਜੇਕਰ ਅਧਿਆਪਕ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ অপਸ਼ਨ B ਵਿਦਿਆਰਥੀ ਨੂੰ ਵਿਸ਼ੇ ਬਾਰੇ ਪਹਿਲਾਂ ਦੱਸ ਦਿੰਦਾ ਹੈ ਜਿਵੇਂ ਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਸਕੂਲਾਂ ਕਾਲਜਾਂ ਦੇ ਵਿੱਚ ਡਿਸਕਸ਼ਨ ਮੁਕਾਬਲੇ ਕਰਾਈ ਜਾਂਦੇ ਹਨ ਤੇ ਵਿਦਿਆਰਥੀਆਂ ਨੂੰ ਟੌਪਿਕ ਪਹਿਲਾਂ ਦਿੱਤੇ ਜਾਂਦੇ ਹਨ ਤਾਂ ਕਿ ਉਹ ਚੰਗੀ ਤਰ੍ਹਾਂ ਆਪਣੀ ਤਿਆਰੀ ਕਰ ਸਕਣ ਤੇ ਉਸ ਵਿਸ਼ੇ ਦੇ ਉੱਤੇ ਵਧੀਆ ਤਰੀਕੇ ਦੇ ਨਾਲ ਆਪਣੇ ਵਿਚਾਰ ਨੇ ਜੋ ਪੇਸ਼ ਕਰ ਸਕਣ ਸੋ ਜੋ ਵਿਚਾਰ ਵਿਟਾਂਦਰਾ ਵਿਧੀ ਹੈ ਇਹ ਪ੍ਰਭਾਵਸ਼ਾਲੀ ਜਿਹੜੀ ਵਿਧੀ ਹੈਗੀ ਮੰਨੀ ਜਾਂਦੀ ਹੈ ਜਮਾਤ ਦੇ ਵਿੱਚ ਇਸ ਦੇ ਨਾਲ ਜੋ ਬੱਚੇ ਨੇਗੇ ਜਿਆਦਾ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਸਿੱਖਦੇ ਹਨ ਨੈਕਸਟ ਪ੍ਰਸ਼ਨ ਮੈਕਸਿਮ ਜਿਸ ਦੇ ਅਨੁਸਾਰ ਬੱਚਿਆਂ ਨੂੰ ਉਸ ਬਾਰੇ ਪੜ੍ਹਾਉਣਾ ਚਾਹੀਦਾ ਹੈ ਜਿਸ ਬਾਰੇ ਬੱਚਿਆਂ ਨੂੰ ਪਹਿਲਾਂ ਵੀ ਕੁਝ ਗਿਆਨ ਹੈ ਡੈਸ਼ ਕਹਾਉਂਦਾ ਹੈ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹੀ অপশন C ਪਰਚਿਤ ਤੋਂ অপ্রচਿਤ ਵੱਲ বdna মানে কি প্রসিড ফ্রম নোন টু আননোন ਪਹਿਲਾਂ ਬੱਚੇ ਨੂੰ ਉਸ ਚੀਜ਼ ਦੇ ਬਾਰੇ ਪੜ੍ਹਾਉਣਾ ਚਾਹੀਦਾ ਹੈ ਜਿਸ ਦੇ ਬਾਰੇ ਉਸ ਨੂੰ ਪਹਿਲਾਂ ਤੋਂ ਜਾਣਕਾਰੀ ਹੈ ਤੇ ਹੌਲੀ-ਹੌਲੀ ਉਸ ਨੂੰ ਉਸ ਚੀਜ਼ ਦੇ ਵੱਲ ਲੈ ਕੇ ਜਾਣਾ ਚਾਹੀਦਾ ਹੈ ਜਿਸ ਦੇ ਬਾਰੇ ਉਸ ਨੂੰ ਕੋਈ ਵੀ ਸਮਝ ਨਹੀਂ ਹੈ ਨੈਕਸਟ ਪ੍ਰਸ਼ਨ ਹੈ ਜਦੋਂ ਅਧਿਆਪਕ ਵਿਦਿਆਰਥੀਆਂ ਦੇ ਗਿਆਨ ਨੂੰ ਉਤਸ਼ਾਹਿਤ ਕਰਨ ਲਈ ਸੰਕੇਤਾਂ ਜਾਂ ਕੁਝ ਹੋਰ ਵਿਵਹਾਰਾਂ ਦਾ ਪ੍ਰਯੋਗ ਕਰਦਾ ਹੈ ਤਾਂ ਉਹ ਡੈਸ਼ ਦਾ ਪ੍ਰਯੋਗ ਕਰਦਾ ਹੈ ਤੇ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਜਵਾਬ ਹੈ ਉਹ ਹੈ অপਸ਼ਨ ਡੀ ਧਨਾਤਮਿਕ ਗੈਰ ਸ਼ਾਬਦਿਕ ਉਤਸ਼ਾਹ ਇਸ ਦੇ ਵਿੱਚ ਕੀ ਹੈ ਜੋ ਅਧਿਆਪਕ ਹੈ ਉਹ ਹਮੇਸ਼ਾ ਹੀ ਵਿਦਿਆਰਥੀਆਂ ਦਾ ਪੋਜ਼ਿਟਿਵ ਵਿਸਥਾਰ ਕਰਨਾ ਚਾਹੁੰਦਾ ਹੈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਉਹ ਸੰਕੇਤਾਂ ਦੀ ਵਰਤੋਂ ਕਰਦਾ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਪੋਜ਼ਿਟਿਵ ਨਾਨ ਵਰਬਲ ਰੀਇਨਫੋਰਸਮੈਂਟ ਨੈਕਸਟ ਪ੍ਰਸ਼ਨ ਹੈ ਹੇਠ ਦਿੱਤੇਆਂ ਵਿੱਚੋਂ ਕਿਹੜਾ ਯੋਜਨਾਬੰਦ ਨਿਰਦੇਸ਼ਾਂ ਦਾ ਉਦੇਸ਼ ਨਹੀਂ ਹੈ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ অপਸ਼ਨ A ਪਾਠਕ੍ਰਮ ਜਿੰਨਾ ਜਲਦੀ ਸੰਭਵ ਹੋ ਸਕੇ ਪੂਰਾ ਕਰਨਾ ਇਹ ਵਾਲਾ ਜੋ ਉਦੇਸ਼ ਹੈਗਾ ਉਹ ਯੋਜਨਾਬੰਦ ਨਿਰਦੇਸ਼ਾਂ ਦਾ ਉਦੇਸ਼ ਨਹੀਂ ਹੈ ਅਧਿਆਪਕ ਦਾ ਜੋ ਕੰਮ ਹੈ ਉਹ ਪਾਠ ਅਨੁਸਾਰ ਚੱਲਣਾ ਨਹੀਂ ਹੁੰਦਾ ਸਗੋਂ ਕਿ ਵਿਦਿਆਰਥੀਆਂ ਦੀ ਸਮਝ ਦੇ ਅਨੁਸਾਰ ਚੱਲਣਾ ਹੁੰਦਾ ਹੈ ਨੈਕਸਟ ਪ੍ਰਸ਼ਨ ਹੈ ਨਰੀਖਣ ਜਿਸ ਵਿੱਚ ਅਧਿਆਪਕ ਅਤੇ ਵਿਦਿਆਰਥੀ ਦੋਵੇਂ ਸ਼ਾਮਿਲ ਹੁੰਦੇ ਹਨ ਕਹਾਉਂਦਾ ਹੈ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ অপਸ਼ਨ ਡੀ ਸਹਿਕਾਰੀ ਨਰੀਖਣ ਜਾਨੀ ਕਿ ਕੋਆਪਰੇਟਿਵ ਰਿਵਿਊ ਨੈਕਸਟ ਪ੍ਰਸ਼ਨ ਹੈ ਵਾਤਾਵਰਣ ਵਿੱਚੋਂ ਵਸਤੂਆਂ ਜਾਂ ਹਾਲਾਤਾਂ ਨਾਲ ਪਹਿਲੇ ਅਨੁਭਵਾਂ ਤੋਂ ਵਿਕਸਿਤ ਹੋਈ ਧਾਰਨਾ ਨੂੰ ਡੈਸ਼ ਕਿਹਾ ਜਾਂਦਾ ਹੈ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਜਵਾਬ ਹੈ ਉਹ ਹੈ অপਸ਼ਨ ਬੀ ਥੋਸ ਅਮਲੀ ਧਾਰਨਾ ਨੈਕਸਟ ਪ੍ਰਸ਼ਨ ਹੈ ਪ੍ਰਸ਼ਨ ਜਿਸ ਦਾ ਸੰਭਾਵਿਤ ਉੱਤਰ ਹੁੰਦਾ ਹੈ ਕਹਾਉਂਦਾ ਹੈ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਜਵਾਬ ਹੈ ਉਹ ਹੈ অপਸ਼ਨ ਸੀ ਬੰਦ ਪ੍ਰਸ਼ਨ ਜਾਨੀ ਕਿ ক্লোਜ਼ਡ ਕੁਐਸ਼ਨ ਨੈਕਸਟ ਪ੍ਰਸ਼ਨ ਹੈ ਕਲਪਨਾ ਦੀ ਪ੍ਰਕਿਰਿਆ ਦਾ ਡੈਸ਼ ਦੁਆਰਾ ਸਮਰਥਨ ਕੀਤਾ ਜਾਂਦਾ ਹੈ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ অপਸ਼ਨ ਬੀ ਸਰਸਪਟਾ ਮੋਆਇਨੇ ਗੱਲਬਾਤ ਅਤੇ ਪਰਚੋਲ ਦੁਆਰਾ ਦੁਰਵਰਤੀ ਅਭਿਆਸਾਂ ਨੂੰ ਪਹੁੰਚ ਕਰਨਾ ਨੈਕਸਟ ਪ੍ਰਸ਼ਨ ਹੈ ਹੇਠ ਦਿੱਤੇਆਂ ਵਿੱਚੋਂ ਕਿਹੜੀ ਉੱਚ ਕ੍ਰਮ ਸੋਚ ਨੇ ਪੁੰਨਤਾਵਾਂ ਦੀ ਵਿਸ਼ੇਸ਼ਤਾ ਨਹੀਂ ਹੈ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਜਵਾਬ ਹੈ ਉਹ ਹੈ ਆਪਸ਼ਨ ਸੀ ਇਹ ਵਿਦਿਆਰਥੀ ਨੂੰ ਭੂਮਿਕਾ ਨਿਭਾਉਣ ਵਿੱਚ ਮਦਦ ਕਰਦੀ ਹੈ ਤਾਂ ਜੋ ਇਹ ਵਾਲਾ ਪੁਆਇੰਟ ਹੈਗਾ ਇਹ ਇਹ ਜੋ ਨਿਪੁੰਨਤਾਵਾਂ ਦੀ ਵਿਸ਼ੇਸ਼ਤਾ ਨਹੀਂ ਹੈ ਬਾਕੀ ਜੋ ਤਿੰਨੋਂ ਆਪਸ਼ਨਸ ਦਿੱਤੀਆਂ ਗਈਆਂ ਹਨ ਉਹ ਉੱਚ ਕ੍ਰਮ ਸੋਚਣੇ ਪੁੰਨਤਾਵਾਂ ਦੀਆਂ ਵਿਸ਼ੇਸ਼ਤਾਵਾਂ ਹਨ ਨੈਕਸਟ ਪ੍ਰਸ਼ਨ ਹੈ ਪ੍ਰਸੰਗੀਕਰਨ ਦਾ ਅਰਥ ਹੈ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਜਵਾਬ ਹੈ ਇਹ ਆਪਸ਼ਨ A ਸਿੱਖਿਆ ਨੂੰ ਸਥਾਨਿਕ ਪ੍ਰਸੰਗਾਂ ਦੇ ਅਨੁਕੂਲ ਬਣਾਉਣਾ ਨੈਕਸਟ ਪ੍ਰਸ਼ਨ ਹੈ ਗਿਆਨ ਦੇ ਵਿਸ਼ਾ ਸਮਗਰੀ ਅਤੇ ਪ੍ਰਸੰਗ ਦੀ ਜਟਿਲਤਾ ਅਤੇ ਅਸਪਸ਼ਟਤਾ ਨਾਲ ਨਜਿੱਠਣ ਵਿੱਚ ਵਿਦਿਆਰਥੀ ਦੀ ਸਹਾਇਤਾ ਕਰਨ ਲਈ ਅਧਿਆਪਕ ਨੂੰ ਚਾਹੀਦਾ ਹੈ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਜਵਾਬ ਹੈ ਉਹ ਹੈ অপਸ਼ਨ B ਉਹ ਅਸਹਿਮਤ ਕਿਉਂ ਹਨ ਅਤੇ ਸਮਿਖਿਆ ਕਰਨ ਵਿੱਚ ਸਹੂਲਤ ਦਿੰਦੇ ਆ ਵਿਦਿਆਰਥੀਆਂ ਨੂੰ ਇੱਕ ਦੂਸਰੇ ਤੋਂ ਅਸਹਿਮਤ ਹੋਣ ਦੀ ਆਗਿਆ ਦੇਣਾ ਸੋ ਇਹ ਸੀ ਜੀ ਸਾਡੇ ਅੱਜ ਦੇ ਟੀਚਿੰਗ ਦੇ ਐਮਸੀਕਿਊਜ਼ ਜੋ ਕਿ ਲਾਸਟ ইয়ার ਪੇਪਰ ਦੇ ਵਿੱਚ ਪੁੱਛੇ ਗਏ ਸਨ ਜੀਕੇ ਤੇ ਜੋ ਕਰੰਟ ਅਫੇਅਰ ਦੇ ਪ੍ਰਸ਼ਨ ਹਨ ਅਸੀਂ ਉਹ ਆਪਣੀ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਇਹ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦੇ ਲਈ ਸਭ ਦਾ ਬਹੁਤ ਬਹੁਤ ਧੰਨਵਾਦ